Guru
किच बिघन ना लागे। Thank you.
नाम जपत हर चरण निवास
ਪਵਿੱਤਰ ਸਥਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਰਵਿਘਨ ਭਗਤ ਭਜ ਹਰ ਹਰ ਨਾਉ। ਨਿਰਵਿਘਨ ਵਿਘਨਾਂ ਦੀ ਨਿਵਿਰਤੀ ਵਾਸਤੇ ਕੋਈ ਵਿਘਨ ਨਾ ਹੋਵੇ, ਹਰੀ ਰਾਜ ਪਰਮੇਸ਼ਰ ਦੇ ਨਾਮ ਦਾ ਭਜਨ ਕਰ, ਵਾਰ ਵਾਰ ਆਰਾਧਨਾ ਕਰ। ਨਾਮ ਵਿਅਕਤੀ ਹੈ ਉਸ ਵੇਲੇ ਸ਼ਾਮ ਕੋਈ ਯਤਨ ਕਰ ਲਿਆ, ਪਰ ਉਹ ਜਿਹੜੇ ਗੁਰਮੁਖ ਹੈ ਉਹਨਾਂ ਦਾ ਕੋਈ ਵਿਸ਼ਵਾਸ ਜਿਹੜਾ ਉਹ ਵੇਲਾ ਨਹੀਂ ਆਉਂਦਾ। ਨਿਰਵਿਘਨ ਪਹਿਲਾਂ ਦਾ ਵਿਘਨ ਪੈਂਦਾ ਹੀ ਨਹੀਂ, ਜਿਸ ਕਾਵੇ ਵੀ ਉਹ ਵਿਘਨਾਂ ਦੀ ਪਰਵਾਹ ਨਹੀਂ ਕਰਦੇ, ਨਾਮ ਜਪਦੇ। ਕਬੀਰ ਸਾਹਿਬ ਦੀਆਂ ਮਨਸਥਾਵਾਂ ਨੂੰ ਵੀ ਹਾਥੀ ਮੂਹਰੇ ਸੁੱਟਿਆ ਗਿਆ, ਨਾਮ ਦੇਵ ਦਾ ਪ੍ਰਸੰਗ ਪੜ੍ਹੋ, ਸਦਨੇ ਦਾ ਪੜ੍ਹ ਲਓ। ਬਹੁਤ ਸਾਰੇ ਗੁਰਸਿੱਖ ਜਿਹਨਾਂ ਦੇ ਬੜੇ ਬੜੇ ਸੰਕਟ ਆਏ ਗਏ, ਪਰ ਉਹ ਨਾਮ ਦੇ ਨਾਲ ਸਵਰਤੀ ਜੋੜ ਕੇ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦੇ ਰਹੇ। ਨਿਰਵਿਘਨ ਵਿਘਨ ਤੋਂ ਰਹਿਤ ਨਾਮ ਜਪਦੇ ਰਹੇ। ਸਰੀਰ ਨੂੰ ਕਾਫੀ ਤਸੀਹੇ ਵੀ ਮਿਲੇ, ਪਰ ਉਹਨਾਂ ਦੀ ਜਿਹੜੀ ਬਿਰ ਸੀ ਉਹ ਇੱਕ ਰਸ ਬਾਲਕ ਦੇ ਚਰਨਾਂ ਨਾਲ ਜੁੜੀ ਰਹੀ ਹੈ। ਇਸ ਕਰਕੇ ਉਹ ਪਰਮੇਸ਼ਰ ਦਾ ਨਾਮ ਨਿਰਵਿਘਨਾ ਦਾ ਸ਼ਾਇਦ ਜਪਦੇ ਹੈ। ਕੋਈ ਵਿਘਨ ਨਹੀਂ ਵਿਆਪਦਾ, ਸਾਰੇ ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਰਸਕ ਰਸਕ ਹਰ ਕੇ ਗੁਣ ਗਾਓ। ਰਸਕ ਰਸਕ ਬੜੇ ਆਨੰਦ ਦੇ ਆਨੰਦ ਦੇ ਸਹਿਤ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੇ ਹੈ ਅਤੇ ਪ੍ਰੇਮ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਆਤਮਕ ਆਨੰਦ ਲੈਣ ਲਈ ਉਹਦੇ ਗੁਣਾਂ ਨੂੰ ਗਾਓ ਗਾਉਂਦੇ ਹੈ। ਇੱਕ ਤਾਂ ਉਹਦਾ ਫਰਜ਼ ਪੂਰਾ ਕਰਨਾ, ਜਿਵੇਂ ਮਜ਼ਦੂਰ ਦਿਹਾੜੀ ਕਰਦਾ ਕਰਨੀ ਪੈਣੀ ਹੈ, ਪੇਟ ਲੱਗਾ ਹੋਇਆ, ਪਰ ਉਹ ਪਤਾ ਚੱਟੀ ਹੈ ਇੱਕ ਸੇਵਾ ਨਾਲ ਉਹ ਕੰਮ ਕਰਦਾ, ਉਹਦੇ ਅੰਦਰ ਸ਼ਰਧਾ ਸ਼ੌਕ ਆ ਪਿਆਰ ਹੈ, ਉਹਦਾ ਪੂਰਾ ਫਰਕ ਹੈ। ਇਸੇ ਤਰ੍ਹਾਂ ਬਹੁਤ ਲੋਕ ਜਿਹੜੇ ਆ ਉਹ ਇੱਕੋ ਵਿਵਹਾਰ ਸਮਝ ਕੇ ਕਰਦੇ ਆ, ਚਲੋ ਜੀ ਰੂਟੀਨ ਬਣੀ ਹੈ ਕਹਿੰਦੇ ਗੁਰਦੁਆਰੇ ਜਾ ਰਹੀ, ਸੈਰ ਕਰਨੀ ਹੈ ਇਸ ਬਹਾਨੇ ਜਾ ਰਹੀ, ਆਪਣੇ ਘਰ ਤੋਂ ਗੁਰਦੁਆਰਾ ਕਾਫੀ ਦੂਰ ਹੈਗਾ, ਅੰਦਰ ਭਾਵਨਾ ਹੈ, ਇੱਥੇ ਆ ਕੇ ਵੀ ਕੋਈ ਕਥਾ ਕੀਰਤਨ ਨਹੀਂ ਸੁਣਨਾ, ਬਾਣੀ ਨਹੀਂ ਕਮਾ ਕੇ ਦੇ ਕੇ ਆਲਾ ਦੁਆਲਾ ਚਲੇ ਗਏ। ਪਰ ਉਹ ਜਿਹੜੇ ਗੁਰਮੁਖ ਜਾ ਰਹੇ ਆ ਫੇਰ ਬੋਲ ਪਾਈ, ਰਸਕ ਰਸਕ ਹਰ ਕੇ ਗੁਣ ਗਾਓ। ਰਸਕ ਪ੍ਰੇਮ ਦੇ ਸਹਿਤ ਰਸਕ ਆਤਮਾ ਆਨੰਦ ਲੈਣ ਲਈ ਉਹਦੇ ਭੇਦ ਹੋ ਕੇ ਪਰਮੇਸ਼ਰ ਦੇ ਗੁਣਾਂ ਦਾ ਪ੍ਰਵਾਦ ਕਰਦੇ ਆ, ਉਹਦੇ ਗੁਣਾਂ ਨੂੰ ਗਾਉਂਦੇ ਆ ਆਨੰਦ ਦੇ ਵਿੱਚ। ਜਦੋਂ ਗਾਉਂਦੇ ਆ ਪਸ਼ੂ ਪੰਛੀ ਕੀੜੇ ਮਕੌੜੇ ਪ੍ਰਕਿਰਤੀ ਮਨੁੱਖਾਂ ਹਰਕ ਦੇ ਉੱਤੇ ਦਰਖਤਾਂ 'ਤੇ ਬੜਾ ਭਾਰੀ ਅਸਰ ਹੁੰਦਾ, ਕਿਉਂਕਿ ਜੁੜ ਕੇ ਫਿਰ ਹਰੀ ਦਾ ਜਸ ਕਰਦੇ ਹਨ। ਵਿਸਰਾਮ ਦੇ ਕੇ ਗਰੀਬ ਨਿਵਾਜ ਸਤਾਈ ਲੇਖ ਦੀ ਪੰਕਤੀ ਦੁਆਰਾ ਅੱਗੇ ਹੋਰ ਵਿਚਾਰ ਦੇ ਰਹੇ ਹਨ। ਹਰ ਸਿਮਰਤ ਕਿਛ ਚਾਕ ਨਾ ਜੋ ਹੈ। ਜਿਹੜੇ ਹਰੀ ਦਾ ਸਿਮਰਨ ਕਰਦੇ ਹੈ ਉਹਨਾਂ ਨੂੰ ਚਾਕ ਟੈਣ ਆਪਣੇ ਡਾਕਣੇ ਚਾਕਣੇ ਸੰਸਕਾਰੀ ਬਹੁਤ ਇਹਨਾਂ ਨੂੰ ਕਿਸ ਜੋ ਹੈ ਇਹਨਾਂ ਦਾ ਰਾਹ ਨਹੀਂ ਤੱਕ ਸਕਦੀ। ਚਾਕ ਕਈ ਕਹਿੰਦੇ ਨਜ਼ਰ ਲੱਗ ਗਈ, ਉਹਨਾਂ ਨੂੰ ਨਜ਼ਰ ਵਗੈਰਾ ਵੀ ਨਹੀਂ ਲੱਗਦੀ। ਕਈ ਲੋਕ ਨਜ਼ਰ ਤੋਂ ਬਚਣ ਵਾਸਤੇ ਕੋਈ ਟੁੱਟਾ ਛਿੱਤਰ ਟੰਗ ਦਾ ਕਰੈ
ਇਸੇ ਤਰ੍ਹਾਂ ਜਿਹੜੀਆਂ ਭੈਣਾਂ ਉਹ ਵੀ ਦਾ ਰੱਖਦਾ ਨਹੀਂ ਦੇਖਦੀਆਂ ਔਰ ਆਸਾ ਕ੍ਰਿਸ਼ਨਾ ਮਮਤਾ ਰੂਪੀ ਭੈਣਾਂ ਤੋਂ ਵੀ ਬਚਾ ਰਹਿੰਦਾ ਔਰ ਕਿਸੇ ਤਰ੍ਹਾਂ ਵੀ ਕਿਸੇ ਦੀ ਕੋਈ ਨਜ਼ਰ ਵਗੈਰਾ ਨਹੀਂ ਲੱਗਦੀ ਮੇਰੇ ਮਾਈਆਂ ਉਹ ਬੱਚੇ ਨੂੰ ਨਾ ਤੁਲਾ ਕੇ ਭਾਵੇਂ ਕੋਈ ਕਾਲਕ ਦਾ ਟਿੱਕਾ ਇਹ ਨਜ਼ਰ ਨਾ ਲੱਗ ਜਾਵੇ ਔਰ ਇਸ ਤਰ੍ਹਾਂ ਦੁੱਧ ਫਲਾ ਸਾਨੂੰ ਥੋੜ੍ਹੀ ਜਿਹੀ ਸਵਾਦ ਦਿੱਤੀ ਮਹਾਰਾਜ ਦੇ ਨਾਮ ਜਪਣ ਵਾਲੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਚਾਪ ਨਜ਼ਰ ਜਾਂ ਕਿਸੇ ਪ੍ਰਕਾਰ ਜੋ ਇਹ ਕਹਿਣਾ ਉਹਨਾਂ ਦਾ ਪ੍ਰਭਾਵ ਉਹਨਾਂ ਉੱਤੇ ਨਹੀਂ ਪੈਂਦਾ ਹੈ ਹਰ ਸਿਮਰਤ ਦੇਖ ਦਿਓ ਨਾ ਪੂਹੈ ਸਿਮਰਤ ਮੋਹ ਮਾਨ ਨਾਮ ਪਦੈ ਪਰਿਵਾਰ ਦਾ ਵਾਇਆ ਪਦਾਰਥਾਂ ਦਾ
ਕੀਤਾ ਹੈ ਕਿ ਜਿਹੜਾ ਮੋਹ ਆ ਜਿਵੇਂ ਕੁੰਡਾ ਹੀ ਅੱਤ ਤੀਖਣ ਮੋਹ ਕੀ ਆਸ ਮੋਹ ਦੇ ਅਧੀਨ ਰਾਸ਼ਟਰ ਪਾਂਡਵਾਂ ਨੂੰ ਦਾ ਹੱਕ ਨਹੀਂ ਸੀ ਦੇਣਾ ਚਾਹੁੰਦਾ ਕ੍ਰਿਸ਼ਨ ਵਰਗੇ ਮਹਾਂਪੁਰਖ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸਮਝਿਆ ਨਹੀਂ ਇਹਨਾਂ ਨੂੰ ਸਮਝਦੇ ਗੱਲ ਤਾਂ ਠੀਕ ਹੈ ਪਰ ਪੁੱਤਰ ਦਾ ਜਿਹੜਾ ਮੋਹ ਆ ਮੇਦਰ ਜੀ ਨੇ ਬਹੁਤ ਸਮਝਾਇਆ ਉਹ ਮੋਹ ਤੋਂ ਬਿਨਾਂ ਕਲੇਸ਼ ਪੈਦਾ ਹੋਇਆ ਸੋਏ ਸਵਾਸ ਦੇ ਮਾਣ ਜਿਹੜਾ ਹੰਕਾਰ ਨਾਗ ਸਾਧਨਾ ਰਾਵ ਨਾਦਮਾ ਉਹ ਨਾਮ ਦੇ ਨਾਸ ਦਾ ਕਾਰਨ ਜਿਹੜੇ ਗੁਰੂ ਵਾਲੇ ਬਣ ਕੇ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦੇ ਆ ਉਹਨਾਂ ਫਿਰ ਉਹ ਨਹੀਂ ਵੱਧਦਾ ਅਤੇ ਮਾਣ ਬਣੇ ਉਹ ਹਮੇਸ਼ਾ ਇੱਕ ਰਸ ਸਮਾਨ ਅੰਦਰ ਵਿਅਕਤੀ ਵਿੱਚ ਰਹਿੰਦੇ ਆ ਬਾਕੀ ਜਿਹੜੀ ਦੁਨੀਆ ਵਿਦਿਆ ਦਾ ਵੀ ਪ੍ਰਭਾਵ ਲੈਂਦੇ ਆ ਵਡਿਆਈ ਕਰਦਾ ਉਹਦਾ ਵੀ ਫਰਕ ਪੁੱਤ ਜਾਂ ਪਿਆ ਉਹਦਾ ਵੀ ਮਰ ਗਿਆ ਉਹਦਾ ਵੀ ਫਰਕ ਸ਼ੋਕ ਵੀ ਬਣਿਆ ਜਾਂਦਾ ਭੁੱਖ ਪਿਆਸ ਦਾ ਵੀ ਪ੍ਰਭਾਵ ਆਏ ਮਰ ਗਿਆ ਲੁਟੇਗਾ ਸਬਰ ਨਹੀਂ ਪਿਆ ਤੇਰੀ ਬਿਰਧ ਵਿੱਚ ਹੈ ਨਹੀਂ ਭੋਜਨ ਮਿਲਿਆ ਕੋਈ ਗੱਲ ਨਹੀਂ ਔਰ ਹਾਟੋ ਰਮੀਆਂ ਛੇ ਵਕਾਰ ਆ ਇਹਨਾਂ ਦੇ ਅਧੀਨ ਹਮੇਸ਼ਾ ਦੁਖੀ ਰਹਿੰਦੇ ਆ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੇ ਅੰਦਰ ਐਸੀ ਅਵਸਥਾ ਆ ਜਾਂਦੀ ਉਹ ਆਤਮਾ ਦ੍ਰਿਸ਼ਟੀ ਕਰਕੇ ਵਿਚਰਦੇ ਆ ਇਹ ਪਰਿਵਾਰਕ ਦ੍ਰਿਸ਼ਟੀ ਜਿਹੜੀ ਹੈ ਸੰਸਾਰਕ ਦ੍ਰਿਸ਼ਟੀ ਹੈ ਇਸ ਤੋਂ ਉਹਨਾਂ ਦੀ ਗਲਤੀ ਬਹੁਤ ਉੱਪਰ ਉੱਠ ਜਾਂਦੀ ਹੈ ਉਹਨਾਂ ਦੇ ਅੰਦਰ ਨਾ ਤਾਂ ਇਹ ਉਹ ਜਲ ਜਿਹੜਾ ਹੜ ਬਣ ਕੇ ਉਹਨਾਂ ਨੂੰ ਰੋੜਦਾ ਅਤੇ ਮਾਣ ਜਿਹੜਾ ਹੰਕਾਰ ਹੈ ਇਹ ਵੀ ਉਹਨਾਂ ਦੇ ਦਿਮਾਗ ਨੂੰ ਚਾਰ ਨਹੀਂ ਕਰਦਾ ਪਾਗਲ ਮਨ ਪੈਦਾ ਨਹੀਂ ਹੋਣ ਦਿੰਦਾ ਹੈ ਹਰ ਸਿਮਰਤ ਗਰਭ ਜੂਨ ਨਾ ਹਰੀ ਦਾ ਸਿਮਰਨ ਕਰਦਾ ਗਰਭ ਜੂਨ ਜਿਹੜੀਆਂ ਗਰਭ ਵਿੱਚ ਵਾਰ ਵਾਰ ਆਉਣਾ ਜੂਨਾਂ ਵਿੱਚ ਭਟਕਣਾ ਇਹਦੇ ਵਿੱਚ ਗੁਰਦੇ ਇਹਦੇ ਵਿੱਚ ਉਹਨਾਂ ਨੂੰ ਪਾ ਕੇ ਵਾਰ ਵਾਰ ਰੋਣਾ ਨਹੀਂ ਤਾਂ ਫਿਰ ਕਈਆਂ ਨੂੰ ਅਡਰਾ ਵਗੈਰਾ ਬਿਮਾਰੀਆਂ ਉਹ ਬੱਚੇ ਜਨਮ ਤੋਂ ਪਹਿਲਾਂ ਮਰ ਜਾਂਦੇ ਆ ਇਸ ਪ੍ਰਕਾਰ ਐਸਾ ਰੋਣ ਵਗੈਰਾ ਵੀ ਉਹਨਾਂ ਨੂੰ ਨਹੀਂ ਹੁੰਦਾ ਹੈ ਹਰ ਸਿਮਰਨ ਕੀ ਸਗਲੀ ਬੇਲਾ ਪੁੱਛਿਆ ਕਿ ਹਰੀ ਦੇ ਸਿਮਰਨ ਦਾ ਬੇਲਾ ਕਿਹੜਾ ਕੋਈ ਤਿੰਨ ਸੰਧਿਆ ਕਰਦਾ ਕੋਈ ਪੰਜ ਨਵਾਜਾਂ ਦੀ ਗੱਲ ਕਰਦਾ ਹਜ਼ੂਰ ਕਿਰਪਾ ਕਰਦੇ ਆ ਕਿ ਹਰੀ ਦੇ ਸਿਮਰਨ ਦਾ ਸਭੋ ਵਕਤ ਸਭੋ ਵਰ ਬੇਲਾ ਖਾਲਕ ਜਾਤ ਦਿਲੇ ਸਿਮਰਨ ਦਾ ਸਾਰੇ ਵੇਲੇ ਹਰ ਸਮੇਂ ਇਸ ਵਾਸਤੇ ਉਹਦਾ ਸੇਵਾ ਕਰਨੀ ਹੈ ਸਿਮਰਨ ਵਰਤਕਾਰ ਕਰਨਾ ਉਹ ਵੇਲਿਆਂ ਨਾਲ ਬੜੀ ਕੁਰਬਾਨੀ ਤਾਂ ਹਰ ਵੇਲੇ ਜਦੋਂ ਵੀ ਕਰੀਏ ਉਹਨੇ ਲਾਭ ਹੀ ਲਾਭ ਹੈ ਹਰ ਸਿਮਰਨ ਦੀ ਪਰਮੇਸ਼ਵਰ ਦੇ ਸਿਮਰਨ ਦੀ ਸਾਰੀ ਵੇਲਾ ਹੈ ਜਦੋਂ ਮਰਜ਼ੀ ਦਿਨਾਂ